ਸਤਿ ਸ਼੍ਰੀ ਅਕਾਲ ਸਾਡੇਲਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਜਸੀ ਕੌਰ ਨਿਊਜ਼ੀਲੈਂਡ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਅੱਜ ਸਵੇਰੇ ਤੜਕੇ ਸਾਊਥ ਆਕਲੈਂਡ ਦੇ ਵਿੱਚ ਭਾਰੀ ਬਾਰਿਸ਼ ਤੇ ਤੇਜ਼ ਤੂਫਾਨ ਦੇ ਨਾਲ ਕਈ ਜਗ੍ਹਾਵਾਂ ਦੇ ਉੱਤੇ ਦਰਖਤ ਟੁੱਟਣ ਤੇ ਨਾਲ ਦੇ ਨਾਲ ਫੈਂਸ ਡਿੱਗਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਨਾਲ ਦੇ ਨਾਲ ਕਈ ਘਰਾਂ ਦੇ ਉੱਤੋਂ ਟਾਇਲਾਂ ਦੇ ਡਿੱਗਣ ਦੀ ਵੀ ਖਬਰ ਸਾਹਮਣੇ ਆਈ ਹੈ ਫਾਇਰ ਤੇ ਐਮਰਜੈਂਸੀ ਸਰਵਿਸਿਸ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਵੀ ਅਜਿਹੀਆਂ ਕਈ ਰਿਪੋਰਟਾਂ ਤੇ ਕਾਲਸ ਆਉਣ ਦੀ ਪੁਸ਼ਟੀ ਇਸ ਸਮੇਂ ਕੀਤੀ ਗਈ ਹੈ ਉਧਰੀ ਆਕਲੈਂਡ ਵਾਸੀਆਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਫੋਟੋਜ਼ ਤੇ ਵੀਡੀਓਜ਼ ਜਾਰੀ ਕੀਤੀਆਂ ਗਈਆਂ ਨੇ ਇਸ ਤੂਫਾਨ ਦੇ ਨਾਲ ਸੰਬੰਧਿਤ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਅਗਲੇ ਕੁਝ ਘੰਟਿਆਂ ਦੇ ਵਿੱਚ ਰਾਤ ਨੂੰ ਖਾਸ ਕਰਕੇ ਮੌਸਮ ਖਰਾਬ ਹੋਣ ਦੇ ਅਸਾਰ ਜਤਾਏ ਜਾ ਰਹੇ ਨੇ ਅੱਜ ਸਵੇਰੇ ਤੜਕੇ ਨੇਪੀਅਰ ਦੇ ਨਾਰਥ ਦੇ ਵਿੱਚ ਸਟੇਟ ਹਾਈਵੇ 5 ਦੇ ਉੱਤੇ ਇੱਕ ਟਰੱਕ ਤੇ ਉਸਦੇ ਟ੍ਰੇਲਰ ਦੇ ਪਲਟਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਜ਼ਿਆਦਾ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਦੱਸਦੇ ਕਿ ਇਹ ਘਟਨਾ ਅੱਜ ਸਵੇਰੇ 4:40 ਦੀ ਹੈ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਇਤਲਾਹ ਮਿਲੀ ਸੀ ਤੇ ਇਸ ਤੋਂ ਬਾਅਦ ਗਲੈਨਗੈਰੀ ਤੋਂ ਲੈ ਕੇ ਹੈਲਸ ਰੋਡ ਨੂੰ ਬੰਦ ਵੀ ਕੀਤਾ ਗਿਆ ਸਟੇਟ ਹਾਈਵੇ 5 ਨੂੰ ਕਈ ਘੰਟਿਆਂ ਤੱਕ ਬੰਦ ਰੱਖਿਆ ਗਿਆ ਤੇ ਜਦੋਂ ਤੱਕ ਇਹ ਐਕਸੀਡੈਂਟ ਦੀ ਜਗ੍ਹਾ ਕਲੀਅਰ ਨਹੀਂ ਹੋ ਗਈ ਇਸ ਤੋਂ ਬਾਅਦ ਹੀ ਇਸ ਨੂੰ ਦੁਬਾਰਾ ਤੋਂ ਚਲਾਇਆ ਗਿਆ ਨਾਲ ਦੀ ਨਾਲ ਭਾਰੀ ਵਾਹਨਾਂ ਨੂੰ ਤੇ ਟਰੱਕਾਂ ਨੂੰ ਇਸ ਰਸਤੇ ਤੋਂ ਨਾ ਹੋ ਕੇ ਗੁਜ਼ਰਨ ਦੀ ਸਲਾਹ ਦਿੱਤੀ ਗਈ ਸੀ ਤੇ ਦੂਜੇ ਰੂਟ ਅਪਣਾਉਣ ਦੀ ਹਿਦਾਇਤ ਦਿੱਤੀ ਗਈ ਸੀ ਆਕਲੈਂਡ ਦੇ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਵਿਅਕਤੀ ਵੱਲੋਂ ਕਰਮਚਾਰੀ ਨੂੰ ਫ੍ਰੀਜ਼ਰ ਦੇ ਵਿੱਚ ਬੰਦ ਕਰਕੇ ਤੇ ਦੂਜੇ ਨੂੰ ਗਨ ਪੁਆਇੰਟ ਤੇ ਧਮਕਾ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਫੁਟੇਜ ਜਾਰੀ ਕੀਤੀ ਗਈ ਹੈ ਤੇ ਪੁਲਿਸ ਆਮ ਪਬਲਿਕ ਨੂੰ ਇਹ ਕਹਿ ਰਹੀ ਹੈ ਕਿ ਜੇਕਰ ਤੁਸੀਂ ਵੀ ਇਸ ਵਿਅਕਤੀ ਨੂੰ ਕਿਤੇ ਦੇਖਿਆ ਹੈ ਤਾਂ ਪੁਲਿਸ ਨੂੰ ਇਤਲਾਹ ਜ਼ਰੂਰ ਦਿੱਤੀ ਜਾਵੇ ਜਾਣਕਾਰੀ ਮੁਤਾਬਕ ਇਹ ਘਟਨਾ 24 ਮਈ ਦੀ ਹੈ ਜਦੋਂ ਨਿਊਲੈਂਡ ਦੇ ਬਰਕਲੇਨ ਰੈਸਟੋਰੈਂਟ ਦੇ ਵਿੱਚ ਇੱਕ ਵਿਅਕਤੀ ਸਵੇਰੇ 7:20 ਦੇ ਕਰੀਬ ਐਂਟਰ ਹੋਣ ਲੱਗਾ ਤੇ ਕਰਮਚਾਰੀ ਦੇ ਵੱਲੋਂ ਜਦੋਂ ਉਸਨੇ ਨੌਕ ਕੀਤਾ ਤੇ ਉਸਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਅੰਦਰ ਆਉਂਦੇ ਉਸਨੇ ਕਰਮਚਾਰੀ ਨੂੰ ਫ੍ਰੀਜ਼ਰ ਦੇ ਵਿੱਚ ਬੰਦ ਕਰ ਦਿੱਤਾ ਤੇ ਦੂਜੇ ਕਰਮਚਾਰੀ ਨੂੰ ਗਨ ਪੁਆਇੰਟ ਦੇ ਉੱਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਲੁੱਟ ਕਰਨ ਦੇ ਵਿੱਚ ਨਾਕਾਮਯਾਬ ਹੋ ਰਿਹਾ ਸੀ ਤੇ ਉਹ ਉੱਥੋਂ ਭੱਜ ਨਿਕਲਿਆ ਪੁਲਿਸ ਨੇ ਇਸ ਦੀ ਜਾਣਕਾਰੀ ਇੱਕ ਸਟੇਟਮੈਂਟ ਦੇ ਵਿੱਚ ਦਿੱਤੀ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਇਹ ਕਰਮਚਾਰੀ ਉਸ ਘਟਨਾ ਤੋਂ ਬਾਅਦ ਕਾਫੀ ਡਰੇ ਹੋਏ ਨੇ ਫਿਲਹਾਲ ਪੁਲਿਸ ਆਮ ਪਬਲਿਕ ਨੂੰ ਇਹ ਅਪੀਲ ਕਰ ਰਹੀ ਹੈ ਕਿ ਜੇਕਰ ਤੁਸੀਂ ਇਸ ਵਿਅਕਤੀ ਨੂੰ ਕਿਤੇ ਵੇਖਦੇ ਹੋ ਤੇ ਪੁਲਿਸ ਨੂੰ ਉਸੇ ਸਮੇਂ ਇਤਲਾਹ ਦਿੱਤੀ ਜਾਵੇ ਪ੍ਰਧਾਨ ਮੰਤਰੀ ਜਸਿੰਦਾ ਆਰਡਨ ਦੇ ਵੱਲੋਂ ਬੀਤੇ ਦਿਨ ਕੋਵਿਡ-19 ਦੀ ਫਾਈਜ਼ਰ ਕੰਪਨੀ ਦੀ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੈ ਲਈ ਗਈ ਹੈ ਇਸ ਮੌਕੇ ਪ੍ਰਧਾਨ ਮੰਤਰੀ ਕਾਫੀ ਖੁਸ਼ ਨਜ਼ਰ ਆਈ ਉਹਨਾਂ ਇਸ ਮੌਕੇ ਵੀ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਉਹ ਕੋਵਿਡ-19 ਦੀ ਵੈਕਸੀਨ ਦੂਜੇ ਲੋਕਾਂ ਨਾਲੋਂ ਪਹਿਲਾਂ ਲੈਣ ਪਰ ਦੂਜੇ ਲੋਕਾਂ ਨੂੰ ਇਸ ਵੈਕਸੀਨ ਲੈਣ ਦੇ ਲਈ ਪ੍ਰੇਰਿਤ ਕਰਨ ਲਈ ਇਹ ਕਰਨਾ ਜ਼ਰੂਰੀ ਸੀ ਉਹਨਾਂ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਯਕੀਨ ਹੋਏਗਾ ਕਿ ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਿੰਦਾ ਆਰਡਨ ਨੇ ਮਨੋਰੇਵਾ ਦੇ ਵੈਕਸੀਨੇਸ਼ਨ ਸੈਂਟਰ ਦੇ ਵਿੱਚ ਵੈਕਸੀਨ ਲਈ ਹੈ ਤੇ ਇਸ ਮੌਕੇ ਉਹਨਾਂ ਦੇ ਸਵਾਗਤ ਦੇ ਲਈ ਮਿਹੀ ਫਾਕਟਾਉ ਵੀ ਦਿਖਾਇਆ ਗਿਆ ਦੱਸ ਦਈਏ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਐਮਪੀਸ ਦੇ ਵੱਲੋਂ ਕੋਵਿਡ-19 ਦੀ ਵੈਕਸੀਨ ਲੈ ਲਈ ਗਈ ਹੈ ਜਿਸ ਦੇ ਵਿੱਚ ਕ੍ਰਿਸ ਹੈਪਕਿੰਸ ਪੀਨੀਹਾ ਨੇਰੇ ਤੇ ਐਂਡਰਿਊ ਲਿਟਲ ਵੀ ਸ਼ਾਮਿਲ ਨੇ ਤੇ ਇਸ ਦੇ ਨਾਲ ਜੁਲਾਈ ਮਹੀਨੇ ਤੋਂ ਕੋਵਿਡ-19 ਦੀ ਵੈਕਸੀਨ ਰੋਲ ਆਊਟ ਦਾ ਪ੍ਰੋਗਰਾਮ ਕਾਫੀ ਤੇਜ਼ੀ ਦੇ ਨਾਲ ਵੀ ਸ਼ੁਰੂ ਹੋਣ ਦੀਆਂ ਖਬਰਾਂ ਨੇ ਇਸ ਨਾਲ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਤਰੀਨ ਜਾਣਕਾਰੀਆਂ ਦੇ ਲਈ ਤੁਸੀਂ ਬਣੇ ਰਹੋ ਸਾਡੇ ਵਾਲਾ ਟੀਵੀ ਦੇ ਨਾਲ ਹੁੰਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ